ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਖਾਲਸ ਟੀਵੀ ਦੇ ਨਾਲ ਜੁੜ ਗਏ ਹੋ ਤੁਸੀਂ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਰਾਹੁਲ ਗਾਂਧੀ ਨੂੰ ਲੈ ਕੇ ਇਸ ਸਮੇਂ ਸਭ ਦੇ ਮਨਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਆਖਿਰ ਰਾਹੁਲ ਗਾਂਧੀ ਹੁਣ ਅੱਗੇ ਕੀ ਕਰਨਗੇ, ਕਿਉਂਕਿ ਸਰਕਾਰ ਤਾਂ NDA ਦੀ ਬਣਨ ਜਾ ਰਹੀ ਹੈ, ਪਰ ਰਾਹੁਲ ਗਾਂਧੀ ਨੂੰ ਆਖਿਰ ਕੀ ਮਿਲ ਰਿਹਾ? ਤਾਂ ਰਾਹੁਲ ਗਾਂਧੀ ਨੂੰ ਭਰੋਸਾ ਮਿਲਿਆ, ਜਿੱਥੋਂ ਆਮ ਲੋਕਾਂ ਨੇ ਇਸ ਵਾਰ ਕਾਂਗਰਸ ਦੀਆਂ ਸੀਟਾਂ ਵਧਾਈਆਂ ਨੇ ਵੋਟਾਂ ਪਾ ਕੇ ਉਹਨਾਂ ਨੂੰ, ਉੱਥੇ ਹੀ ਕਾਂਗਰਸ ਦੇ ਲੀਡਰ ਵੀ ਰਾਹੁਲ ਗਾਂਧੀ ਦੇ ਉੱਤੇ ਭਰੋਸਾ ਜਤਾ ਰਹੇ ਨੇ ਕਿ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਬਣਨਾ ਚਾਹੀਦਾ ਹੈ। ਅੱਜ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਹੈ, ਜਿਸ ਦੇ ਵਿੱਚ ਇਹ ਮਤਾ ਵੀ ਪਾਸ ਕਰ ਦਿੱਤਾ ਗਿਆ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਵੇ। ਹਾਲਾਂਕਿ ਜਦੋਂ ਇਹ ਮਤਾ ਪਾਸ ਕੀਤਾ ਗਿਆ, ਤਮਾਮ ਕਾਂਗਰਸ ਦੇ ਵੱਡੇ ਲੀਡਰਾਂ ਨੇ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਹੀ ਆਪਣੀ ਵੋਟ ਪਾਈ ਹੈ ਕਿ ਰਾਹੁਲ ਗਾਂਧੀ ਨੂੰ ਹੀ ਵਿਰੋਧੀ ਧਿਰ ਦਾ ਨੇਤਾ ਬਣਨਾ ਚਾਹੀਦਾ। ਤਾਂ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਸਮਾਂ ਮੰਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਇਸ ਦੇ ਉੱਤੇ ਸੋਚਣ ਦੇ ਲਈ ਕੁਝ ਸਮਾਂ ਦਿਓ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਫੈਸਲਾ ਸੁਣਾ ਦੇਵਾਂਗਾ। ਇਸ ਤੋਂ ਬਾਅਦ ਅੱਜ ਬੇਸ਼ੱਕ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਕਾਂਗਰਸ ਦੀ ਉਹ ਖਤਮ ਹੋ ਚੁੱਕੀ ਹੈ, ਪਰ ਇਸ ਤੋਂ ਬਾਅਦ 5:30 ਦੇ ਕਰੀਬ ਸੰਸਦੀ ਦਲ ਦੀ ਬੈਠਕ ਜਿਹੜੀ ਹੈ ਕਾਂਗਰਸ ਦੀ ਉਹ ਵੀ ਹੋਣੀ ਹੈ ਅਤੇ ਉਸ ਦੇ ਵਿੱਚ ਐਲਾਨ ਕੀਤਾ ਜਾ ਸਕਦਾ ਹੈ ਕਿ ਕੀ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹਨ ਜਾਂ ਫਿਰ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਦੇ ਲਈ ਕਾਂਗਰਸ ਦੇ ਜਿੰਨੇ ਵੀ ਵੱਡੇ ਲੀਡਰ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀਂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਹੀ ਵੋਟ ਪਾਈ ਹੈ। ਮਤਲਬ ਕਿ ਇੱਕ ਤਰੀਕੇ ਦੇ ਨਾਲ ਆਪਣਾ ਪੱਖ ਰੱਖਿਆ ਕਿ ਰਾਹੁਲ ਗਾਂਧੀ ਨੂੰ ਹੀ ਵਿਰੋਧੀ ਧਿਰ ਦਾ ਆਗੂ ਬਣਾਉਣਾ ਚਾਹੀਦਾ, ਪਰ ਜਵਾਬ ਰਾਹੁਲ ਗਾਂਧੀ ਨੇ ਦੇਣਾ, ਜਿੱਥੇ ਜੈਰਾਮ ਰਮੇਸ਼ ਨੇ ਫਿਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਸਦੀ ਦਲ ਦੀ ਬੈਠਕ ਦੇ ਵਿੱਚ ਇਹ ਤਮਾਮ ਗੱਲਾਂ ਜਿਹੜੀਆਂ ਉਹ ਸਾਫ਼ ਹੋ ਜਾਣਗੀਆਂ ਕਿ ਆਖਿਰ ਰਾਹੁਲ ਗਾਂਧੀ ਨੇ ਕੀ ਫੈਸਲਾ ਲਿਆ। ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਜੇਕਰ ਕੋਈ ਉਹਨਾਂ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰ ਸਕਦਾ ਤਾਂ ਉਹ ਰਾਹੁਲ ਗਾਂਧੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਆਪਣੀ ਭੂਮਿਕਾ ਨਿਭਾਉਣ। ਤਾਂ ਵੱਡੀ ਖਬਰ, ਕਿਉਂਕਿ ਰਾਹੁਲ ਗਾਂਧੀ ਬੇਸ਼ੱਕ ਜਿਹੜੀਆਂ ਸੀਟਾਂ ਨੇ ਕਾਂਗਰਸ ਨੂੰ ਵੀ ਜ਼ਿਆਦਾ ਆ ਗਈਆਂ ਪਿਛਲੇ ਵਾਰ ਨਾਲੋਂ, ਪਿੱਛੇ ਤਾਂ 52 ਸੀਟਾਂ ਦੇ ਉੱਤੇ ਹੀ ਕਾਂਗਰਸ ਜਿਹੜੀ ਉਹ ਸਿਮਟ ਕੇ ਰਹਿ ਗਈ ਸੀ, ਪਰ ਇਸ ਵਾਰ ਕਾਂਗਰਸ ਵਿਰੋਧੀ ਧਿਰ, ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆ ਗਈ ਹੈ। ਇਸ ਕਰਕੇ ਵਿਰੋਧੀ ਧਿਰ ਦਾ ਆਗੂ ਕਿਸ ਨੂੰ ਬਣਾਉਣਾ, ਇਸ ਨੂੰ ਲੈ ਕੇ ਕਾਂਗਰਸ ਇਸ ਸਮੇਂ ਇੱਕ ਗੰਭੀਰ ਮੰਥਨ ਕਰ ਰਹੀ ਹੈ ਅਤੇ ਉਸਦੇ ਵਿੱਚ ਰਾਹੁਲ ਗਾਂਧੀ ਦਾ ਨਾਮ ਅੱਗੇ ਆਇਆ। ਇਸ ਦੇ ਬਾਰੇ ਕਾਂਗਰਸ ਦੇ ਲੀਡਰ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾ ਰਹੇ ਹਾਂ। होना चाहिए होना चाहिए होना चाहिए, कोई बात नहीं, दूसरा कोई वजह है, बोल दिया मैंने बार बार, एक बात दोहराने की कोई जरूरत नहीं है। हमारे जो आगे लड़ाई आगे साथ लेकर जाना है, जो जो मुद्दा हम लोग उठाए चुनाव के समय, वो सारे मुद्दे को लेकर सदन के अंदर भी हम लड़ते रहेंगे। वो जो भी कहे, लेकिन शुरू से ही लड़खड़ाते हैं, ये बैसकी की जरूरत होते हैं ये सरकार बचने के लिए। यूनानिमसली पास द रेजोल्यूशन requesting Rahul Gandhi ji to accept the position of leader of opposition in the Lok Sabha. What he has said, hum sab ne appeal ki hai Rahul Gandhi ji ko ki aapko vipaksh ka neta banna chahiye, aapko ladna chahiye. Ek aise vyakti hain jo desh ke pradhanmantri ke samne khade ho ke aankh mein aankh dal ke baat kar sakte hain, wo hai Rahul Gandhi. Aur jab Rahul Gandhi khade honge to desh ka naujawan apne aap ko surakshit mehsoos karega. Tamam se wo mudde, mehngai ka mudda, berozgari ka mudda, अग्निवीर का मुद्दा, ये तमाम मुद्दे जब राहुल गांधी विपक्ष के नेता होंगे उठाएंगे, तो मेरे को लगता है कि
देश के लोग अपने आप को ये महसूस करेंगे कि हमारी बात करने वाला और हमारी लड़ाई लड़ने वाला कोई व्यक्ति है। आम आदमी पार्टी